ਪੰਜਾਬ ਵਿੱਚ 485 ਨਸ਼ਾ ਤਸਕਰਾਂ ਦੀ ਹੋਈ ਪਹਿਚਾਣ। ਸੁਰੇਸ਼ ਅਰੋੜਾ। ਪੰਜਾਬ ਦੇ DGP ਸੁਰੇਸ਼ ਅਰੋੜਾ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦਿਆਂ ਉੱਤੇ ਬੋਲਦਿਆਂ ਕਿਹਾ ਕਿ ਉਹ ਸੂਬੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦ੍ਰਿਸ਼ਟੀਗੋਚਰ ਨੂੰ ਅੱਗੇ ਲਿਜਾਉਣਾ ਚਾਹੁੰਦੇ ਹਨ। ਅਧਿਕਾਰੀਆਂ ਦੇ ਨਾਲ ਬੈਠਕ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ 485 ਨਸ਼ਾ ਤਸਕਰਾਂ ਦੀ ਪਹਿਚਾਣ ਹੋ ਗਈ ਹੈ, ਜਿਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਹੜੀ ਇਹ ਅਸੀਂ ਮੀਟਿੰਗ ਕਰ ਰਹੇ ਹਾਂ, ਇਸ ਮੀਟਿੰਗ ਦੇ ਵਿੱਚ ਸਾਡੇ DG STF, ਸਾਡੇ DG ਇੰਟੈਲੀਜੈਂਸ ਔਰ ਸਾਡੇ STF ਦੇ ਸਾਰੇ ਆਫਿਸਰਸ ਪਲੱਸ ਇੰਟੈਲੀਜੈਂਸ ਦੇ ਆਫਿਸਰਸ ਐਂਡ ਜੋ ਸਾਡੇ ਬਿਊਰੋ ਆਫ ਇਨਵੈਸਟੀਗੇਸ਼ਨ ਹੈ ਉਹਨਾਂ ਦੇ ਸਾਡੇ IG ਮੈਡਮ ਹੈ, ਬਿਕੋਜ਼ ਸਾਡੇ ਡਾਇਰੈਕਟਰ BO ਇਜ਼ ਆਊਟ ਆਫ ਸਟੇਸ਼ਨ। ਤਾਂ ਇਸ ਮੀਟਿੰਗ ਦਾ ਸਾਡਾ ਪਰਪਜ਼ ਇਹ ਹੈਗਾ ਕਿ ਜਿਹੜੀ ਸਾਡੀ STF ਅਤੇ ਅਸੀਂ ਇਸ 'ਤੇ ਇੱਕ ਡਰੱਗਸ ਦੇ ਉੱਤੇ ਫੋਕਸ ਕਰਨਾ। ਪਹਿਲਾਂ ਅਸੀਂ ਜ਼ਿਲ੍ਹਿਆਂ 'ਚ ਜਾ ਕੇ ਮੀਟਿੰਗਾਂ ਕੀਤੀਆਂ STF ਅਤੇ ਲੋਕਲ SHO ਲੈਵਲ ਦੇ ਆਫਿਸਰਸ ਦੇ ਨਾਲ। ਅੱਜ ਦੀ ਡੇਟ ਦੇ ਵਿੱਚ ਜੋ ਸਾਡਾ ਮੇਨ ਪਰਪਜ਼ ਹੈਗਾ ਕਿ ਸਾਡੀ ਜਿਹੜੀ ਕੋਆਰਡੀਨੇਸ਼ਨ ਹੈ, ਕਿਉਂਕਿ ਜਿਹੜੀ ਇੰਟੈਲੀਜੈਂਸ ਦੇ ਕੋਲ ਇਨਫੋਰਮੇਸ਼ਨ ਹੈ ਔਰ ਜੋ ਸਾਡੇ ਇੱਕ ਇਨਵੈਸਟੀਗੇਸ਼ਨ ਦੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਪਲੱਸ ਜੋ STF ਦੀ ਹੈ, ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਕਰਕੇ ਹਾਊ ਡੂ ਵੀ ਫਰਦਰ ਟੇਕ ਇਟ ਫੋਰਵਰਡ। ਜੋ ਸਾਡੇ CM ਸਾਹਿਬ ਦਾ ਤੁਹਾਨੂੰ ਪਤਾ ਕਿ ਵੀ ਇੱਕ ਵਿਜ਼ਨ ਹੈ ਕਿ ਵੀ ਅਸੀਂ ਡਰੱਗਸ ਨੂੰ ਐਲੀਮੀਨੇਟ ਕਰਨਾ, ਉਹਨੂੰ ਹੋਰ ਇਫੈਕਟਿਵਲੀ ਅਸੀਂ ਉਸ ਪਾਸੇ ਕਿਵੇਂ ਲੈ ਕੇ ਜਾਣਾ ਹੈ ਤਾਂ ਕਿ ਵੀ ਇਨਕਰੀਜ਼ ਦੀ ਕਨਵਿਕਸ਼ਨ ਰੇਟ ਵੀ ਈਵਨ ਅਸੀਂ ਕੇਸਿਸ ਆਇਡੈਂਟੀਫਾਈ ਕੀਤੇ ਹੈ। ਕਈ ਵਾਰ ਕੀ ਹੁੰਦਾ ਕਿ ਵੀ ਸਮਗਲਰਸ ਜਿਹੜੇ ਕਿ ਡਿਸਪਾਈਟ ਕਿ ਸਾਡੇ ਬੈਸਟ ਐਫਰਟਸ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਵਗੈਰਾ ਮਿਲ ਜਾਂਦੀ ਹੈ, ਪਰ ਫਿਰ ਵੀ ਉਹ ਆਪਣੀ ਸਮਗਲਿੰਗ ਐਕਟੀਵਿਟੀ ਤੋਂ ਪਿੱਛੇ ਨਹੀਂ ਹਟਦੇ। ਐਸੇ ਅਸੀਂ ਸਮਗਲਰਸ ਨੂੰ ਆਇਡੈਂਟੀਫਾਈ ਕਰਕੇ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈਗਾ ਉਹਨਾਂ ਨੂੰ ਡਿਟੇਨ ਕਰਨ ਦਾ, ਅਸੀਂ ਉਹ ਵੀ ਅਰਾਊਂਡ 50 ਕੁ ਅਸੀਂ ਸੱਚ ਸਮਗਲਰਸ ਆਇਡੈਂਟੀਫਾਈ ਕੀਤੇ ਹੈ ਜਿਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਵਾਲੇ ਪਾਸੇ ਵੀ ਜਾਵਾਂਗੇ। ਫਿਰ ਕੋਈ ਕੇਸਿਸ ਅਸੀਂ ਐਸੇ ਆਇਡੈਂਟੀਫਾਈ ਕਰ ਰਹੇ ਹਾਂ ਜਿਹੜੇ ਕਿ ਕਮਰਸ਼ਲ ਕੁਆਂਟਿਟੀ ਦੇ ਹੈਗੇ, ਤਾਂ ਅਸੀਂ ਚਾਹਵਾਂਗੇ ਕਿ ਵੀ ਅਸੀਂ ਉਹ ਕੇਸਿਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਅਸੀਂ ਰਿਕਮੈਂਡ ਕਰੀਏ। ਔਰ ਕੁਛ ਕੇਸਿਸ ਸਾਡੇ ਐਸੇ ਹੈ ਜਿਹੜੇ ਕਿ ਸਾਡੇ ਅੰਡਰ ਟ੍ਰਾਇਲ ਹੈ ਔਰ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸਾਡੇ ਸੀਨੀਅਰ ਲੈਵਲ ਆਫਿਸਰਸ 'ਤੇ ਉਹਨੂੰ ਸੁਪਰਵਿਜ਼ਨ ਕਰਕੇ ਅਸੀਂ ਵਿਲ ਇਨਸ਼ਿਓਰ ਕਿ ਉਹਨਾਂ ਦੀ ਇੱਕ ਕਨਵਿਕਸ਼ਨ ਅਸੀਂ ਸਿਕਿਓਰ ਕਰੀਏ, ਟ੍ਰਾਇਲ ਦੇ ਵਿੱਚ ਕੋਈ ਕਮੀ ਪੇਸ਼ੀ ਨਾ ਆਵੇ। ਇਸ ਤੋਂ ਇਲਾਵਾ ਅਸੀਂ ਜਿਹੜਾ ਸਾਡੀ ਇੱਕ ਅਵੇਅਰਨੈਸ ਕੰਪੇਨ, ਉਹਨੂੰ ਵੀ ਅਸੀਂ ਬੜਾ ਡਿਟੇਲ ਪਲਾਨ ਅਸੀਂ ਤਿਆਰ ਕੀਤਾ ਕਿ ਅਸੀਂ ਪ੍ਰਿੰਟ ਮੀਡੀਆ ਦੇ ਵਿੱਚ, ਅਸੀਂ ਰੇਡੀਓ FM ਦੇ ਵਿੱਚ ਔਰ ਈਵਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਅਸੀਂ ਸੋਸ਼ਲ ਮੀਡੀਆ ਦੇ ਵਿੱਚ, ਹਾਲਾਂਕਿ ਅਸੀਂ ਆਲਰੇਡੀ ਕਰ ਰਹੇ ਹਾਂ, ਬਟ ਦ ਆਈਡੀਆ ਇਜ਼ ਕਿ ਟੂ ਗਿਵ ਇਟ ਫਰਦਰ ਪੁਸ਼। ਦਿਸ ਇਜ਼ ਅਬਾਊਟ ਡਰੱਗਸ ਓਨਲੀ, ਲੇਕਿਨ ਜੋ ਆਪਣੇ ਇੱਕ ਮੁੱਦਾ ਉਠਾਇਆ ਉਹ ਬਹੁਤ ਇੰਪੋਰਟੈਂਟ ਹੈ ਹਮ ਸਭੀ ਕੇ ਲੀਏ, ਤੋ ਸਿਰਫ ਮੈਂ ਉਸ ਕਾ ਇੱਕ ਜਵਾਬ ਦੂੰਗਾ, ਦੈਨ ਆਈ ਥਿੰਕ। ਜਹਾਂ ਤੱਕ ਆਪਨੇ ਕਿਹਾ ਕਿ ਵੀ ਇਹ ਜੋ ਜਲੰਧਰ ਮੇਂ ਜੋ ਹਮਨੇ ਵਹਾਂ ਪੇ ਕਸ਼ਮੀਰ ਕੋ ਜੋ ਪਕੜੇ ਬੱਚੇ, ਨਾਓ ਇਸੀ ਜੈਸੇ ਮੈਨੇ ਕਿਹਾ ਕਿ ਹਰ ਆਰਗਨਾਈਜੇਸ਼ਨ ਮੇਂ ਐਬਰੇਸ਼ਨ ਹੋਤੀ ਹੈ। ਅਬ ਯਹ ਕਹਿਣਾ ਔਰ ਯਹ ਮਾਨ ਕੇ ਚੱਲਣਾ ਕਿ ਜੀ ਜੋ ਵੀ ਯਹਾਂ ਪੇ ਬੱਚਾ ਪੜ੍ਹਨੇ ਆਇਆ ਹੈ ਤੋ ਉਸਕਾ ਇਸਕੇ ਸਾਥ ਕੋਈ ਸੰਬੰਧ ਹੈ, ਉਹ ਗਲਤ ਹੋਗਾ। ਇਸ ਲਈ ਹਮੇਂ ਯੇ ਬਹੁਤ ਜ਼ਰੂਰੀ ਹੈ, ਮੈਨੇ ਆਪਣੇ ਆਫਿਸਰਸ ਕੋ ਵੀ ਯਹ ਕਿਹਾ ਹੈ ਕਿ ਕਿਸੀ ਕੇ ਸਾਥ ਕੋਈ ਐਸੀ ਇੱਕ ਫੀਲਿੰਗ ਯਹ ਨਾ ਜਾਏ ਕਿ ਕੋਈ ਡਿਸਕ੍ਰਿਮੀਨੇਸ਼ਨ ਹੋਈ ਹੈ ਯਾ ਉਨਕੋ ਹਮ ਕਹੇ ਕਿ ਜੀ ਸਭੀ ਜੋ ਹਮ ਯਹਾਂ ਬੱਚੇ ਪੜ੍ਹਨੇ ਆ ਰਹੇ ਹੈ ਹਮ ਸਭੀ ਕੋ ਸ਼ੱਕ ਕੀ ਨਿਗਾਹ ਸੇ ਦੇਖ ਰਹੇ ਹੈ। ਇਟਸ ਨਾਟ ਦੈਟ।